You are watching Channel Y, Channel Y, a South Asian Canadian channel. ਤੁਸੀਂ ਆਪਣੀ ਟੀਵੀ ਸਕਰੀਨ ਤੇ ਹਲਕਾ ਲੰਬੀ ਦੇ ਪਿੰਡ ਲਾਲਾਬਾਈ ਦੇ ਗਰੀਬ ਪਰਿਵਾਰ ਦੇ ਅਪੰਗ ਬੱਚੇ ਇੱਕ ਨਹੀਂ ਦੋ ਨਹੀਂ ਚਾਰ ਸਮੇਤ ਉਹਨਾਂ ਦਾ ਪਿਤਾ ਵੀ ਪਿਛਲੇ ਕਈ ਸਾਲਾਂ ਤੋਂ ਅੰਧਰੰਗ ਦਾ ਸ਼ਿਕਾਰ ਹੋਇਆ। ਇਹਨਾਂ ਸਾਰਿਆਂ ਦਾ ਪਾਲਣ ਪੋਸ਼ਣ ਉਹਨਾਂ ਦੀ ਮਾਤਾ ਇੱਕ ਪ੍ਰਾਈਵੇਟ ਕੰਪਨੀ ਵਿੱਚ ਨਾ ਮਾਤਰ ਤਨਖਾਹ 'ਤੇ ਕੰਮ ਕਰਕੇ ਕਰਦੀ ਹੈ। ਪਿੰਡ ਲਾਲਾਬਾਈ ਦੀ ਰਹਿਣ ਵਾਲੀ ਇਹ ਔਰਤ ਪਰਵਿੰਦਰ ਕੌਰ, ਜਿਹਦੇ ਚਾਰ ਬੱਚੇ ਨੇ ਜੋ ਪਹਿਲੇ ਤੋਂ ਹੀ ਅਪੰਗ ਨੇ, ਦੋ ਤਾਂ ਬਿਲਕੁਲ ਹੀ ਚੱਲਣ ਤੋਂ ਅਸਮਰਥ ਨੇ, ਇੱਥੋਂ ਤੱਕ ਕਿ ਉਹਨਾਂ ਦਾ ਪਤੀ ਵੀ ਪਿਛਲੇ ਕਈ ਸਾਲਾਂ ਤੋਂ ਅਧਰੰਗ ਦਾ ਸ਼ਿਕਾਰ ਹੋਇਆ ਪਿਆ। ਇਸ ਪਰਿਵਾਰ ਦੇ ਇੰਨੇ ਵੱਡੇ ਦੁੱਖਾਂ ਦਾ ਪਹਾੜ ਡਿੱਗਿਆ ਹੋਣ ਕਰਕੇ ਵੀ ਪਰਵਿੰਦਰ ਕੌਰ ਅਜੇ ਵੀ ਆਪਣੇ ਪਰਿਵਾਰ ਦੇ ਬੱਚਿਆਂ ਦੇ ਠੀਕ ਹੋਣ ਦੀ ਉਮੀਦ ਲਗਾਈ ਬੈਠੀ ਹੈ। ਪਰਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਚਾਰ ਬੱਚੇ ਨੇ ਜੋ ਪਹਿਲਾਂ ਤੋਂ ਹੀ ਅਪੰਗ ਨੇ, ਇੱਥੋਂ ਤੱਕ ਕਿ ਉਹਨਾਂ ਦਾ ਪਤੀ ਪਿਛਲੇ ਕਈ ਸਾਲਾਂ ਤੋਂ ਅਧਰੰਗ ਦਾ ਸ਼ਿਕਾਰ ਹੈ। ਉਹ ਵੀ ਕੋਈ ਕੰਮ ਨਹੀਂ ਕਰ ਸਕਦਾ। ਮੈਂ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਕੇ ਜੋ ਨਾ ਮਾਤਰ ਤਨਖਾਹ ਮਿਲਦੀ ਹੈ ਉਸ ਨਾਲ ਇਹਨਾਂ ਦਾ ਪਾਲਣ ਪੋਸ਼ਣ ਕਰਦੀ ਹਾਂ, ਪਰ ਇਹਨਾਂ ਦੇ ਇਲਾਜ ਲਈ ਅਸਮਰਥ ਹਾਂ। ਉਹਨਾਂ ਸਰਕਾਰਾਂ 'ਤੇ ਨਿਰਾਸ਼ਾ ਇਜ਼ਹਾਰ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਦੀ ਅੱਜ ਤੱਕ ਕਿਸੇ ਨੇ ਵੀ ਮਦਦ ਨਹੀਂ ਕੀਤੀ। ਸਰ ਜੀ, ਬੱਚੇ ਪਹਿਲੇ ਦਿਨ ਤੋਂ ਆਉਣੇ ਪਏ ਹੈ ਅਤੇ ਵੀ ਬੱਚੇ ਆਪ ਵੀ ਆਈ ਪਏ ਹੈ। ਇਹਨਾਂ ਨੂੰ 6-7 ਸਾਲ ਹੋ ਗਏ, ਬਸ ਐਂ ਟਾਈਮ ਪਾਸ ਕਰਦੇ ਹਾਂ। ਫੈਕਟਰੀ 'ਚ ਲੱਗੀ ਹਾਂ ਮੈਂ, ਉੱਥੇ ਦਿੰਦੇ ਆ 5-7 ਹਜ਼ਾਰ ਰੁਪਇਆ ਦਿੰਦੇ ਆ, 7 ਵੀ ਨਹੀਂ ਮੰਨਦਾ, 5 ਹੀ ਮਸਾਂ ਬਣਦਾ। ਬਸ ਉਹਨਾਂ ਨਾਲ ਆਪਦਾ ਟਾਈਮ ਪਾਸ ਕਰ ਲੈਂਦੇ ਹਾਂ ਅਸੀਂ। ਅਤੇ ਬਾਕੀ ਇਹ ਤਾਂ ਤੁਹਾਨੂੰ ਦਿੱਤੀ ਜਾਂਦਾ ਕਿਵੇਂ ਪਏ ਆ ਵਿਚਾਰੇ, ਕੋਈ ਬੈਠ ਨਹੀਂ ਸਕਦਾ, ਕੋਈ ਇੱਕ ਤੁਰ ਨਹੀਂ ਸਕਦਾ, ਪਾਣੀ ਦਾਣੀ ਵੀ ਆਪੇ ਪਾਉਣਾ ਪੈਂਦਾ, ਇੱਕ ਜਣੇ ਨੂੰ ਘਰ ਜਮ੍ਹਾਂ ਰਹਿਣਾ ਪੈਂਦਾ। ਹੋਰ ਦਵਾਈ ਬੂਟੀ ਸਰ ਨਹੀਂ, ਦਵਾਈ ਜੇ ਕੋਈ ਮਦਦ ਕਰਦਾ ਤਾਂ ਦਵਾ ਦਿੰਦੇ, ਨਹੀਂ ਤਾਂ ਫਿਰ ਨਹੀਂ ਤਾਂ ਸਹੀ ਹੈ ਬਸ। ਦੂਜੇ ਪਾਸੇ ਪਿੰਡ ਲਾਲਾਬਾਈ ਦੇ ਨੰਬਰਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਗਰੀਬ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਦੁੱਖਾਂ ਭਰਿਆ ਜੀਵਨ ਬਤੀਤ ਕਰ ਰਿਹਾ, ਜਿਨ੍ਹਾਂ ਦੇ ਚਾਰ ਬੱਚੇ ਅਤੇ ਪਰਵਿੰਦਰ ਕੌਰ ਦਾ ਪਤੀ ਵੀ ਪਿਛਲੇ ਕਈ ਸਮੇਂ ਤੋਂ ਬਿਮਾਰ ਚੱਲ ਰਿਹਾ। ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰ ਅਤੇ ਸਮਾਜ ਸੇਵੀ ਸੰਸਥਾ ਅੱਗੇ ਆਉਣ ਅਤੇ ਇਸ ਪਰਿਵਾਰ ਦੀ ਮਦਦ ਕਰਨ। ਮੈਂ ਸੁਖਵਿੰਦਰ ਸਿੰਘ, ਪਿੰਡ ਨੰਬਰਦਾਰ ਲਾਲਬਾਈ, ਸਾਰੇ ਮਤਲਬ ਸਮਾਜ ਸੇਵੀ ਸੰਸਥਾਵਾਂ ਸਰਕਾਰ ਨੂੰ ਬੇਨਤੀ ਕਰਦਾ ਆਪਦੇ ਪਿੰਡ ਵੱਲੋਂ, ਅਤੇ ਇਹਨਾਂ ਦੇ ਬੱਚਿਆਂ ਦੇ ਹਾਲਾਤ ਵੇਖ ਕੇ, ਜਿਹੜੇ ਕਿ ਅਸੀਂ ਪਿੰਡ ਵਾਸੀ ਰੋਜ਼ ਇਹਨਾਂ ਦੇ ਹਾਲਾਤ ਦੇਖਦੇ ਹਾਂ, ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਮੈਂ ਸਰਕਾਰ ਕੋਲੋਂ, ਸੰਸਥਾਵਾਂ ਕੋਲੋਂ, ਸਾਰਿਆਂ ਕੋਲੋਂ ਇਹ ਮੰਗ ਕਰਦਾ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੀ ਜਾਵੇ। ਕਿਉਂਕਿ ਅੱਜ ਤੱਕ ਨਾ ਤਾਂ ਸਰਕਾਰ ਹੀ ਇਹਨਾਂ ਨੂੰ ਕੋਈ ਮਕਾਨ ਜਾਂ ਕੋਈ ਲੈਟਰਨ ਜਾਂ ਹੋਰ ਜਿਹੜੀਆਂ ਸਰਕਾਰੀ ਸਹੂਲਤਾਂ, ਸਿਰਫ ਇੱਕ ਵੱਧ ਤੋਂ ਵੱਧ ਇਹਨਾਂ ਨੂੰ ਇੱਕ ਆਟਾ ਦਾਲ ਦੀ ਦਿੱਤੀ ਜਾਂਦੀ ਹੈ ਸਕੀਮ, ਹੋਰ ਇਹਨਾਂ ਨੂੰ ਨਾ ਪੈਨਸ਼ਨ ਹੈ ਵਿਚਾਰਿਆਂ ਦੀ, 2 ਜਣਿਆਂ ਦੀ ਪੈਨਸ਼ਨ ਹੈ, 4 ਜਣੇ ਘਰ 'ਚ ਮਰੀਜ਼ ਹੈ, 6 ਜਣੇ ਟੋਟਲ 7 ਜਣੇ ਹੈਗੇ ਆ, ਉਹ ਦਾਲ ਆਟਾ ਵੀ ਉਹ ਜਿਹੜਾ ਜਿੰਨਾ ਸਰਕਾਰ ਦਿੰਦੀ ਉਹ ਪੂਰਾ ਨਹੀਂ ਆਉਂਦਾ। ਫਿਰ ਆਂਢ ਗੁਆਂਢ ਮੰਗ ਕੇ ਵਿਚਾਰੇ ਗੁਜ਼ਾਰਾ ਕਰਦੇ, ਜਾਂ ਪਿੰਡ 'ਚੋਂ ਕਿਤੇ ਜਾਂਦੇ ਆ, ਉਹ ਲੋਕ ਪਿੰਡ ਦੇ ਜਿੰਨੇ ਕੁ ਤਰਸ ਹੋ ਦੇ ਆਧਾਰ 'ਤੇ ਇਹਨਾਂ ਨੂੰ ਦੇ ਸਕਦੇ ਦਿੰਦੇ ਆ, ਪਰ ਸਰਕਾਰਾਂ ਬਿਨਾਂ ਇਹ ਕੰਮ ਪੂਰੇ ਨਹੀਂ ਹੋ ਸਕਦੇ, ਕਿਉਂਕਿ ਹਰ ਰੋਜ਼ ਇੰਨੀ ਦਵਾਈ ਬੂਟੀ ਹੈ ਵਿਚਾਰੀ ਕਿੱਥੋਂ ਲਿਆਵੇ। ਇਹ ਧੰਨ ਹੈ ਜਿਹੜੀ ਇਹ ਬੱਚਿਆਂ ਦੀ ਮਾਤਾ ਹੈ, ਅਸੀਂ ਤਾਂ ਉਹਨੂੰ ਸਾਰਾ ਪਿੰਡ ਅਸੀਸ ਦਿੰਦੇ ਹਾਂ, ਭਾਈ ਤੂੰ ਤਕੜੀ ਰਹਿ, ਚਲੋ ਇਹਨਾਂ ਦੀ ਸੇਵਾ ਕਰ, ਤੈਨੂੰ ਸਜ਼ਾ ਜਿਹੜੀ ਮਿਲੀ ਹੈ ਇਹ ਪਰਮਾਤਮਾ ਨੇ ਦਿੱਤੀ ਹੈ, ਕਿਸੇ ਦੇ ਵਾਸਤਾ ਰੋਕ ਨਹੀਂ ਗਾ। ਪਰ ਸਰਕਾਰਾਂ ਨੂੰ ਅਤੇ ਸੰਸਥਾਵਾਂ ਨੂੰ, ਜਿਹੜੇ ਆਪਦੇ ਆਪ ਨੂੰ ਕਹਿੰਦੀਆਂ ਵੀ ਅਸੀਂ ਬਹੁਤ ਸੇਵਾ ਕਰਦੀਆਂ ਗਰੀਬਾਂ ਦੇ, ਅਪਾਹਜ ਬੱਚਿਆਂ ਦੀ ਜਾਂ ਗਰੀਬਾਂ ਦੀ, ਉਹਨਾਂ ਨੂੰ ਚਾਹੀਦਾ ਵੀ ਵੱਧ ਤੋਂ ਵੱਧ ਚੜ੍ਹ ਕੇ ਇਹਨਾਂ ਦੀ ਮਾਈਕ ਸਹਾਇਤਾ ਕਰਨ। You are watching Channel Y, Channel Y, a South Asian Canadian channel.